ਇੰਗਲਿਸ਼ ਲਿਟਰੇਚਰ ਉਹ ਫੈਜ਼ੀ ਤੇ ਉਹ ਬੈਠਾ ਓਏ ਓਏ ਚਵਲ ਨੋ 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 ਓ ਫੈਜ਼ੀ ਮੇਰਾ ਯਾਰ ਓ ਮੇਰਾ ਦਿਲ ਦਾ ਟੋਟਾ ਯਾਰ ਭਾਈ ਯਾਰ ਭਾਈ ਕੀ ਹਾਲ ਹੈ ਫੈਜ਼ੀ ਸਾਹਿਬ ਕੀ ਹਾਲ ਹੈ ਮੈਨੂੰ ਤੁਹਾਡੇ ਘਰੋਂ ਮੈਂ ਜਾ ਕੇ ਦਰਵਾਜ਼ਾ ਖੜਕਾਇਆ ਤੇ ਮੈਂ ਪੁੱਛਿਆ ਕਿ ਮੇਰਾ ਯਾਰ ਫੈਜ਼ੀ ਕਿੱਥੇ ਲੱਭੇਗਾ ਉਹ ਕਹਿੰਦੇ ਉਹ ਪੜ੍ਹਨ ਗਿਆ ਤੇ ਘਰ ਬੱਚਿਆਂ ਤੋਂ ਜ਼ਲੀਲ ਬੜੇ ਕਰਦੇ ਨੇ ਉਹਨੂੰ ਉਹ ਬਾਹਰ ਪੜ੍ਹਨ ਵਾਸਤੇ ਚੱਲ ਜਾਂਦਾ ਅੱਬੇ ਦੀ ਵੀ ਘਰ ਬਿਠਾਣਾ ਸੀ ਚਾਹ ਪਾਣੀ ਪੁੱਛਦੇ ਮੈਂ ਮੈਨੂੰ ਕਾਲ ਕਰ ਦਿੰਦੇ ਮੈਂ ਆ ਜਾਣਾ ਸੀ ਉਹ ਭਾਜੀ ਮੈਂ ਚਾਹ ਪੀਣ ਨੀ ਆਇਆ ਮੇਰੇ ਕੋਲ ਪੁੱਛ ਤੇ ਸੀ ਮੈਂ ਕਰਨ ਕੀ ਆਇਆ ਸਟੂਡੈਂਟਾਂ ਕੋਲ ਤੁਹਾਨੂੰ ਕੀ ਮਿਲ ਸਕਦਾ ਕਿਤਾਬਾਂ ਪਈਆਂ ਨੇ ਨੋਟਸ ਹੈਗੇ ਤੁਸੀਂ ਵੀ ਪੜ੍ਹ ਲਓ ਉਹ ਭਾਜੀ ਮੈਂ ਕਦੀ ਕੀ ਲਿਖਿਆ ਦੱਸ ਇਹ ਜੀ ਇੰਗਲਿਸ਼ ਲਿਟਰੇਚਰ ਹੈ ਆ ਭਾਜੀ ਲਿਖਿਆ ਜੀ ਏ ਸੀ ਹੁਕਮ ਕਰੋ ਓਏ ਕਿਧਰੇ ਇਧਰ ਵੇਖ ਸਾਡੇ ਨਾਲ ਰਲ ਜਾਵੇ ਨਾ ਓਏ ਭਾਈ ਅੱਲਾ ਦਾ ਨਾ ਮੈਂ ਡਿਗਰੀ ਕਰਕੇ ਨੌਕਰੀ ਲੱਗਣੀ ਕਿਹੜੇ ਕੁੱਤੇ ਕਮੀ ਲਾਉ ਮੈਨੂੰ ਬਈ ਓਏ ਭਾਜੀ ਮੇਰੇ ਨਾਲ ਚੱਲ ਉੱਥੇ ਓਏ ਕਾਮੇਡੀ ਚ ਕੁੱਤਾ ਪੁਆਨਾ ਤੈਨੂੰ ਮੈਂ ਭਾਈ ਮੇਰੇ ਮਾਂ ਪਿਓ ਉਮੀਦਾਂ ਮੇਰੇ ਨਾਲ ਲਾਈਆਂ ਮੈਂ ਡਿਗਰੀ ਕਰਦੀ ਅਸੀਂ ਵੀ ਤੇਰੇ ਤੇ ਉਮੀਦਾਂ ਲਾਈਆਂ ਕਿ ਅਸੀਂ ਤੇਰੇ ਕੋਲ ਕਾਮੇਡੀ ਸੀਨ ਕਰਵਾਇਆ ਭਾਈ ਮੈਂ ਨਹੀਂ ਕਾਮੇਡੀ ਕਰਦਾ ਮੈਨੂੰ ਮੈਂ ਯਕੀਨ ਕਰੋ ਮੈਨੂੰ ਪਤਾ ਹੀ ਨਹੀਂ ਕਾਮੇਡੀ ਦਾ ਸੀਨ ਹੀ ਨਹੀਂ ਪਤਾ ਮੈਨੂੰ ਤੇ ਓਏ ਭਾਜੀ ਆ ਨੂੰ ਉਹਦੇ ਵਿੱਚ ਲਿਖਿਆ ਆ ਵੇਖ ਆ ਪਹਿਲੇ ਪੇਪਰ ਡਰਾਮੇ ਚ ਕੁੱਤੇ ਵੀ ਹੁੰਦੇ ਆ ਕੁੱਤੇ ਨਹੀਂ ਹੁੰਦੇ ਕੁੱਤੇ ਖਾਣੀ ਹੁੰਦੀ ਉਹ ਮੈਨੂੰ ਕਿਸੇ ਨੇ ਕਿਹਾ ਕਿ ਉਹਦੇ ਚ ਖੋਤੇ ਵੀ ਹੁੰਦੇ ਤੇ ਕੁੱਤੇ ਵੀ ਹੁੰਦੇ ਅੱਜ ਤੂੰ ਮੈਨੂੰ ਦੱਸਣ ਡਿਆ ਕਿ ਕੁੱਤੇ ਖਾਣੀ ਹੁੰਦੀ ਹੈ ਇਹ ਸਾਰੀਆਂ ਗੱਲਾਂ ਕੁੱਤੇ ਹੁੰਦੇ ਨੇ ਪਰ ਅਸੀਂ ਨਾ ਨਹੀਂ ਮੇਰਾ ਵੀਰ ਉਹ ਵਿੱਚ ਕਰੈਕਟਰ ਆ ਜਦੋਂ ਜੰਗਲ ਵਿੱਚ ਡਰਾਮਾ ਹੋ ਰਿਹਾ ਹੁੰਦਾ ਨਾ ਉਹ ਚੁੜੇਲਾਂ ਕੁੱਤਿਆਂ ਦੀ ਸ਼ਕਲ ਚ ਆਉਂਦੀਆਂ ਨੇ ਉਹ ਚੁੜੇਲਾਂ ਜਿਹੜੀਆਂ ਉਹ ਕੁੱਤਾ ਬਣ ਕੇ ਆਉਂਦੀਆਂ ਨੇ ਹਾਂਜੀ 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 ਉਹ ਫੈਜ਼ੀ ਸਾਹਿਬ ਇਹਦਾ ਮਤਲਬ ਕਿ ਮੈਨੂੰ ਤੁਹਾਡੇ ਕੋਲ ਕਲਾਸ ਲੈਣੀ ਪੈਣੀ ਹੈ ਮੈਨੂੰ ਜਾਨ ਛੁਡਾਉਣੀ ਪੈਣੀ ਓਏ ਨਾ ਕੀ ਨਹੀਂ ਮੇਰੇ ਮੈਂ ਮਤਲਬ ਮੈਂ ਤੁਹਾਡੇ ਨਾਲ ਆ ਜਾਨ ਕਿਤੇ ਤੂੰ ਸਾਡਾ ਵੀਰ ਇੰਨੀ ਦੂਰੋਂ ਟੁਰ ਕੇ ਆਇਆ ਐਵੇਂ ਉਹ ਨਹੀਂ ਮੈਂ ਟੁਰ ਕੇ ਆਇਆ ਮੈਂ ਵੈਗਨ ਤੇ ਆਇਆ ਵਾਂ ਐਵੇਂ ਕਮਾ ਤੈਨੂੰ ਟੁਰ ਕੇ ਆਇਆ ਮੈਨੂੰ ਕੌਣ ਲੈ ਕੇ ਜਾਏਗਾ ਇੱਥੋਂ ਮੈਨੂੰ ਤੂੰ ਲੈ ਕੇ ਜਾਏਗਾ ਇੱਥੋਂ ਤੈਨੂੰ ਆਵਾਜ਼ ਕਿੱਥੋਂ ਆ ਰਹੀ ਆਵਾਜ਼ ਤੁਸੀਂ ਬੋਲਣ ਡਏ ਹੈ ਮੈਂ ਤਾਂ ਨਹੀਂ ਬੋਲ ਰਿਹਾ ਹੋਰ ਤੇਰਾ ਦਿਲ ਬੋਲਣ ਡਿਆ ਤੈਨੂੰ ਆਵਾਜ਼ ਆ ਰਹੀ ਹਾਂ ਆ ਰਹੀ ਹੈ ਬਗੈਰਤ ਹੁੰਦਾ ਕੌਣ ਬਗੈਰਤ ਨਹੀਂ ਮੈਂ ਤਾਂ ਗੱਲ ਹੀ ਨਹੀਂ ਕੀਤੀ ਆਏ ਕੀਤੀ ਹੈ ਤੂੰ ਗੱਲ ਤੂੰ ਜ਼ਲੀਲ ਕਰ ਛੱਡਿਆ ਮੈਨੂੰ ਯਾਰ ਆ ਫੈਜ਼ੀ ਓਏ ਆ ਇੱਜ਼ਤ ਕਰਦਾ ਯਾਰ ਦੀ ਹੁਣ ਮੈਂ ਤੈਨੂੰ ਕੀ ਕਿੱਥੋਂ ਆ ਗਿਆ ਅੱਛਾ ਫੈਜ਼ੀ ਸਾਰੀਆਂ ਗੱਲਾਂ ਛੱਡ ਮੇਰੀ ਗੱਲ ਸੁਣ ਲੈ ਪਹਿਲੇ ਹਾਂ ਦੱਸ ਮੈਂ ਯਾਰ ਇੱਕ ਨਾ YouTube ਦੇ ਪੰਗੇ 'ਚ ਗਿਆ ਫਸ ਯਾਰ ਹੁਣ ਉਸ ਪੰਗੇ 'ਚ ਤੂੰ ਹੀ ਮੈਨੂੰ ਛੁਡਵਾ ਸੀ ਯਾਰ ਹੁਣ ਕੀ ਕਰਨਾ ਯਾਰ ਮੈਂ ਚੈਨਲ ਬਣਾਇਆ ਹਾਏ ਪੰਜਾਬੀ ਹੁਣ ਦੱਸ ਕਿੱਥੋਂ ਕੱਢਾ ਪੰਜਾਬੀ ਯਾਰ
ਇਹ ਤੂੰ ਹੀ ਕਢਾ ਸਕਦਾ ਪੰਜਾਬੀ, ਪਹਿਲੇ ਰੱਬ ਮੈਨੂੰ ਤੇਰੇ ਕੋ ਕਢਾ ਦੇ ਤੇ ਨਾ ਕਢਾਵੀ ਓਏ। ਚਲੋ ਜੀ ਤੁਹਾਡੇ ਤੁਹਾਡੇ ਨਾਲ ਵੀ ਕਰ ਲਾਂਗੇ ਛੂਟ, ਫਿਲਹਾਲ ਹੁਣ ਮੈਨੂੰ ਪੜ ਲੈਣ ਦਿਓ। ਚਲੋ ਜਨਾਬ ਮੈਨੂੰ ਫੋਨ ਕਰ ਦੇ ਕਿ ਮੈਂ ਆ ਜਾਵਾਂਗਾ, ਆ ਜਾਵਾਂਗਾ। ਅੱਛਾ ਚਲੋ ਫਿਰ ਚੰਗਾ, ਤੂੰ ਏਦਾਂ ਕਰ ਤੂੰ ਪੜ ਲੈ ਤੇ ਫਿਰ ਮੈਂ ਨਾ ਘੰਟੇ ਬਾਅਦ ਤੇਰਾ ਇੰਤਜ਼ਾਰ ਕਰਦਾ ਪਿਆ ਉੱਥੇ, ਤੇ ਉੱਥੇ ਫਿਰ ਆਪਾਂ ਦੋਵੇਂ ਤੁਸੀਂ ਤੁਸੀਂ ਘਰ ਪਹੁੰਚੋ, ਮੈਂ ਘਰ ਹੀ ਆ ਰਿਹਾ। ਨਹੀਂ ਭਾਜੀ ਘਰ ਰਹੋ ਜੇ, ਮੈਂ ਘਰ ਹੀ ਆ ਰਿਹਾ। ਨਹੀਂ ਭਾਜੀ ਘਰ ਰਹਿਣ ਦਿਓ ਤੁਸੀਂ, ਆ ਜਿਹੜਾ ਕੋਈ ਪੰਗਾ ਸ਼ੰਗਾ ਥੋੜਾ ਜਿਹਾ ਬਾਹਰ ਹੀ ਮਿਹਨਤ ਪਾ ਲੈਣਾ। ਠੀਕ ਹੋ ਗਿਆ, ਠੀਕ ਹੋ ਗਿਆ, ਤੁਸੀਂ ਫਿਲਹਾਲ ਸਾਨੂੰ ਇਜਾਜ਼ਤ ਦਿਓ। ਅੱਛਾ ਤੁਸੀਂ ਪਹੁੰਚੋ, ਮੈਂ ਤੁਹਾਨੂੰ ਚਾਹ ਪਾਣੀ ਪਵਾਉਣਾ, ਤੁਸੀਂ ਉਨੀ ਦੇਰ ਵੇਟ ਕਰੋ, ਮੈਂ ਅੱਜ ਥੋੜਾ ਕੰਮ ਕਰਕੇ। ਅੱਛਾ ਫਿਰ ਉਹ ਕੁੱਤਾ ਤੇ ਖੋਤਾ ਲਈ ਆਵੀਂ ਫਿਰ। ਆਇਓ ਜਮਾ ਕਿਹੜੀ ਮੈਂ ਕੁੱਤੇ ਖਾਣੀ ਤੇਰੀ ਕਰਾਂਗਾ। ਓਏ ਤੈਨੂੰ ਆਵਾਜ਼ਾਂ ਕਿੱਥੋਂ ਆ ਰਹੀਆਂ, ਹੁਣ ਤੂੰ ਚਲਾ ਜਾ, ਚਲਾ ਜਾ, ਚਲਾ ਜਾ ਬੁੱਢਾ। ਦਾੜੀ ਨੂੰ ਹੱਥ ਲਾ ਲਾ, ਤੂੰ ਮੇਰਾ ਵੀਰ ਹੈ ਛੋਟਾ। ਅੱਛਾ ਯਾਰ ਟੋਪੀ ਦੇ ਦੇ ਯਾਰ, ਮੇਰਾ ਰੜਾ ਦੇ। ਠੀਕ ਹੈ ਕਰੈਕਟਰ ਲਿਖਿਆ ਤੂੰ ਰਿਹਾ, ਮੈਂ ਤੈਨੂੰ ਕਰੈਕਟਰ ਵਿਖਾਵਾਂ। ਇਹ ਸਿੱਧਾ